ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਸੇਵਕ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਸੇਵਕ ਸਿੰਘ ਯੂਟਿਊਬ ਚੈਨਲ। ਤੁਸੀਂ ਅੱਜ ਤੋਂ ਪਹਿਲਾਂ ਇੱਕ ਵੀਡੀਓ ਦੇਖੀ ਸੀ ਜੀ ਕਿ ਇਹੋ ਜਿਹੀਆਂ ਬੈਟਰੀਆਂ ਦੇ ਵਿੱਚ ਮੈਂ ਲੈਪਟੋਪ ਵਾਲੇ ਸੈੱਲ ਪਾਏ ਸੀ। ਉਸ ਤੋਂ ਬਾਅਦ ਮੈਨੂੰ ਕਾਫੀ ਜ਼ਿਆਦਾ ਕਮੈਂਟ ਆਏ ਹਨ ਕਿ ਇਹ ਜੋ ਸੈੱਲ ਆਪਾਂ ਪਾ ਦਿੱਤੇ ਅਤੇ ਇਸ ਨੂੰ ਚਾਰਜ ਕਿੰਨਾ ਟਾਈਮ ਲਗਾਉਣਾ। ਅੱਜ ਮੈਂ ਉਹ ਵੀਡੀਓ ਤੁਹਾਨੂੰ ਬਣਾ ਕੇ ਦਿਖਾ ਰਿਹਾ। ਇੱਥੇ ਤੁਸੀਂ ਜੋ ਟਾਰਚਾਂ ਦੇਖ ਰਹੇ ਹੋ ਇਹ ਤਿੰਨ ਤਰ੍ਹਾਂ ਦੀਆਂ ਹਨ। ਇਸ ਵਿੱਚ ਟਰਾਂਸਫਾਰਮਰ ਲੱਗਾ ਹੋਇਆ 6 ਵੋਲਟ ਦਾ 6-0-6। ਇਸ ਵਿੱਚ ਛੋਟਾ ਜਿਹਾ ਕਪੈਸਟਰ ਲੱਗਾ ਹੁੰਦਾ ਚਾਈਨਾ ਮੇਡ। ਅਤੇ ਇਹ ਜੋ ਬੈਟਰੀ ਆ ਇਸ ਦੇ ਅੰਦਰ ਕੋਈ ਵੀ ਚਾਰਜਰ ਨਹੀਂ ਆ। ਆਪਾਂ ਅਲੱਗ ਤੋਂ ਜਾਂ ਤਾਂ ਇਸ ਨੂੰ ਅਡਾਪਟਰ ਦੇਵਾਂਗੇ ਜਾਂ ਕੋਈ ਸੋਲਰ ਵੀ ਲਗਾ ਸਕਦੇ ਹਾਂ। ਜਿਵੇਂ ਇਹ ਪੈੱਨ ਬਣੀ ਹੋਈ ਹੈ DC ਪੈੱਨ, ਇੱਥੇ ਆਪਾਂ ਇਸ ਦੀ 5 ਵੋਲਟ ਸਪਲਾਈ ਦੇ ਦੇਵਾਂਗੇ। ਕਿਉਂਕਿ ਜੋ ਇਹ ਸੈੱਲ ਹੁੰਦਾ ਲੈਪਟੋਪ ਵਾਲਾ, ਇਸ ਨੂੰ ਆਪਾਂ 5 ਵੋਲਟ ਸਪਲਾਈ ਦੇਵਾਂਗੇ ਤਾਂ ਇਹ ਪੂਰਾ ਚਾਰਜ ਹੋਵੇਗਾ। ਤਾਂ ਇਹ ਜੋ ਅੰਪੇਅਰ ਕਿੰਨੇ ਲਵੇਗਾ, ਇਸ ਵਿੱਚ ਆਪਾਂ 3 ਸੈੱਲ ਪਾਏ ਸੀ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਵੇਖਿਆ, 3 ਸੈੱਲਾਂ ਨੂੰ ਆਪਾਂ ਕਿੰਨਾ ਟਾਈਮ ਚਾਰਜ ਲਗਾਵਾਂਗੇ। ਸਪਲਾਈ ਆਪਾਂ ਸੋਲਰ ਦੀ ਦੇ ਰਹੇ ਹਾਂ, ਮੇਰੇ ਕੋਲ ਇਹ 10 ਵਾਟ ਦੀ ਪਲੇਟ ਸੀ ਅਤੇ ਇਸ ਨੂੰ ਦੇਖਣ ਲਈ ਆਪਾਂ ਇਹ ਜੋ ਲੀਡ ਆ ਰਸਤੇ ਦੇ ਵਿੱਚੋਂ ਕੱਟ ਲੈਂਦੇ ਹਾਂ। ਕੱਟ ਕੇ ਅਤੇ ਇੱਥੇ ਰਸਤੇ ਦੇ ਵਿੱਚ ਇਹ ਜੋ ਅੰਪੇਅਰ ਮੀਟਰ ਆ ਇਹ ਲਗਾ ਦੇਵਾਂਗੇ। 10 ਅੰਪੇਅਰ 'ਤੇ ਮੈਂ ਰੱਖਿਆ ਮੀਟਰ, ਜਾਂ ਇਹ ਆਪਾਂ 1 ਮਿਲੀ ਅੰਪੇਅਰ ਵੀ ਦੇਖ ਸਕਦੇ ਹਾਂ। ਅਤੇ ਜੇ 1 ਮਿਲੀ ਅੰਪੇਅਰ ਦੇਖਣੇ ਹੋਣ ਤਾਂ ਮੀਟਰ ਨੂੰ 2000 'ਤੇ ਰੱਖੋ। ਜੇ 10 ਅੰਪੇਅਰ 'ਤੇ ਰੱਖਣਾ ਤਾਂ ਤੁਹਾਨੂੰ ਲੀਡ ਕੱਢ ਕੇ ਇਸ ਸਾਈਡ ਲਾਉਣੀ ਪਵੇਗੀ ਮਲਟੀਮੀਟਰ ਦੀ, ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ। ਅਤੇ ਲਓ ਜੀ ਆਪਾਂ ਇੱਥੇ ਦੇਖਦੇ ਹਾਂ ਕਿੰਨੇ ਅੰਪੇਅਰ ਆਉਂਦੇ ਆ। ਇਹ ਆ ਜੀ 310 ਮਿਲੀ ਅੰਪੇਅਰ। ਇਹ ਦੇਖੋ ਪਿੱਛੇ ਲਿਖਿਆ MA, 310 ਮਿਲੀ ਅੰਪੇਅਰ ਆ ਜੀ। ਇਹ 3.1 ਲਿਖਿਆ ਹੋਇਆ ਕਿਉਂਕਿ ਜੋ ਮਲਟੀਮੀਟਰ ਆ ਉਹ ਮਿਲੀ ਅੰਪੇਅਰ 'ਤੇ ਕੀਤਾ ਵਾ। ਜੇ ਆਪਾਂ ਉਹਨੂੰ ਅੰਪੇਅਰ 'ਤੇ ਕਰਾਂਗੇ ਅਤੇ ਜੇ ਪੁਆਇੰਟ ਆ ਉਹ ਅੱਗੇ ਆ ਜਾਵੇਗਾ, 3 ਤੋਂ ਅੱਗੇ ਆ ਜਾਵੇਗਾ। ਵੇਖੋ ਪੁਆਇੰਟ ਅੱਗੇ ਗਿਆ, ਹੁਣ ਆਪਾਂ ਅੰਪੇਅਰ 'ਤੇ ਕੀਤਾ ਅਤੇ 300 ਮਿਲੀ ਅੰਪੇਅਰ ਦੇ ਨਾਲ ਇਹ ਚਾਰਜ ਹੋ ਰਹੀ ਆ। 3 ਸੈੱਲ ਆ ਜੀ ਅਤੇ 1 ਸੈੱਲ ਨੂੰ ਚਾਰਜ ਹੋਣ ਵਾਸਤੇ, ਕਿਉਂਕਿ 1800 ਮਿਲੀ ਅੰਪੇਅਰ ਤਾਂ ਆਪਣਾ ਸੈੱਲ ਆ, 1 ਮਾਈਕਰੋ ਅੰਪੇਅਰ ਹੁੰਦਾ ਇਹ ਮਿਲੀ ਅੰਪੇਅਰ, ਅਤੇ 1800 ਮਿਲੀ ਅੰਪੇਅਰ ਨੂੰ ਚਾਰਜ ਹੋਣ ਵਾਸਤੇ ਜੇ ਆਪਾਂ 300 ਅੰਪੇਅਰ 'ਤੇ ਦੇਵਾਂਗੇ ਤਾਂ 6 × 3 ਮਤਲਬ 6 ਘੰਟੇ ਚਾਹੀਦੇ ਆ। ਪਰ ਆਪਾਂ 6 ਘੰਟੇ ਇਸਨੂੰ ਸਪਲਾਈ ਨਹੀਂ ਦੇਵਾਂਗੇ ਕਿਉਂਕਿ ਲੀਥੀਅਮ ਸੈੱਲ ਆ, ਖਰਾਬ ਹੋਣ ਦੇ ਚਾਂਸ ਰਹਿੰਦੇ ਆ। ਉਸ ਤੋਂ ਬਾਅਦ ਹੈ ਜੀ ਇਹ ਛੋਟੀ ਚਾਈਨਾ ਵਾਲੀ ਬੈਟਰੀ। ਇਸ ਨੂੰ ਆਪਾਂ, ਮੈਂ ਤੁਹਾਨੂੰ ਇੱਥੇ ਗੱਲ ਦੱਸਾਂ ਕਿ ਇਸ ਵਿੱਚ ਛੋਟੀ ਜਿਹੀ ਬੈਟਰੀ ਹੁੰਦੀ ਹੈ, ਬਿਲਕੁਲ ਛੋਟੀ ਜੀ ਜੋ ਮੈਂ ਇਹ ਤੁਹਾਨੂੰ ਦਿਖਾ ਰਿਹਾ। ਕਈ ਵਾਰ ਤੁਸੀਂ ਦੇਖੋਗੇ ਕਿ ਇਸ ਵਿੱਚ ਵੱਡੀ ਬੈਟਰੀ ਵੀ ਆਉਂਦੀ ਆ। ਜੇ ਵੱਡੀ ਬੈਟਰੀ ਹੋਵੇਗੀ ਤਾਂ ਇਹ ਜੋ ਨਾਭੀ ਰੰਗ ਦਾ ਕਪੈਸਟਰ ਆ ਇਹ ਥੋੜ੍ਹਾ ਉਸ ਵੱਡੇ ਸਾਈਜ਼ ਦੇ ਨਾਲ ਇਹ ਐਡਜਸਟ ਕੀਤਾ ਹੁੰਦਾ ਕਿ ਜੇ ਵੱਡੀ ਬੈਟਰੀ ਆ ਤਾਂ ਉਹ ਮੰਨ ਲਓ 224 ਦਾ ਜਾਂ 225 ਦਾ ਲੱਗਾ ਹੋਵੇਗਾ। ਜਿੱਡੀ ਵੱਡੀ ਬੈਟਰੀ ਆ ਉਨੀ ਕਪੈਸਟਰ ਦੀ ਜੋ ਹੈ ਉਹ ਪਾਵਰ ਵਧਾਈ ਹੁੰਦੀ ਹੈ ਤਾਂ ਕਿ ਅੰਪੇਅਰ ਵੱਧ ਮਿਲਣ। ਇਹ ਸਿਰਫ ਦੇ ਰਿਹਾ ਜੀ ਇਸ ਨੂੰ 30 ਮਿਲੀ ਅੰਪੇਅਰ।
ਆਹ ਦੇਖੋ 0.03 ਸਿਰਫ 30 ਮਿਲੀ ਐਂਪੀਅਰ ਦੇ ਰਿਹਾ ਇਸਨੂੰ। ਜੇ ਆਪਾਂ ਸਿੰਗਲ ਸੈੱਲ ਨੂੰ ਇਹ ਛੋਟੇ ਜਿਹੇ ਕੰਪੈਕਟਰ 'ਤੇ ਚਾਰਜ ਕਰਾਂਗੇ, ਛੋਟੀ ਬੈਟਰੀ 'ਚ ਪਾ ਕੇ, ਅਤੇ ਤੁਹਾਨੂੰ ਸਾਰੀ ਰਾਤ ਭਰ ਤਕਰੀਬਨ ਇਹ ਲਾਉਣੀ ਪਵੇਗੀ, ਰਾਤ ਭਰ ਤੋਂ ਵੀ ਜ਼ਿਆਦਾ ਸਮਾਂ ਇਹ ਤੁਹਾਨੂੰ ਲਗਾਉਣੀ ਪਵੇਗੀ, ਤਾਂ ਇਹ ਬੈਟਰੀ ਤੁਹਾਡੀ ਇੱਕ ਸੈੱਲ ਆ ਫੁੱਲ ਚਾਰਜ ਹੋਵੇਗਾ। ਜੇ ਚਾਈਨਾ ਵਾਲੀ ਬੈਟਰੀ 'ਚੋਂ ਵੱਡੀ ਬੈਟਰੀ ਨਿਕਲਦੀ ਆ, ਫਿਰ ਉਹ ਤੁਹਾਨੂੰ ਥੋੜ੍ਹੀ ਜਲਦੀ ਕਰੇਗਾ। ਮਤਲਬ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਰਾਤ ਕਾਫੀ ਆ, ਇਸ ਤੋਂ ਜ਼ਿਆਦਾ ਨਾ ਲਗਾਈ ਜਾਵੇ। ਲੀਥੀਅਮ ਸੈੱਲ ਹੁੰਦੇ ਆ, ਇਹ ਫਟਣ ਦਾ ਡਰ ਰਹਿੰਦਾ ਜੇ ਆਪਾਂ ਇਸਨੂੰ ਜ਼ਿਆਦਾ ਟਾਈਮ ਚਾਰਜ ਲਾਵਾਂਗੇ ਤਾਂ। ਉਸ ਤੋਂ ਬਾਅਦ ਹੈ ਜੀ ਮੋਬਾਇਲ ਚਾਰਜ। ਮੋਬਾਇਲ ਚਾਰਜ ਦੇ ਨਾਲ ਵੀ ਇਹ ਸੈੱਲ ਚਾਰਜ ਹੋ ਜਾਂਦੇ ਆ। ਇਹ 5 ਵੋਲਟ 2 ਅੰਪੇਅਰ ਦਾ ਮੋਬਾਇਲ ਚਾਰਜਰ ਆ, 5 ਵੋਲਟ 2 ਅੰਪੇਅਰ ਦਾ। ਅਤੇ ਜੇ ਆਪਾਂ ਇਸ ਦੇ ਨਾਲ ਇਹ ਸੈੱਲ ਚਾਰਜ ਕਰਾਂਗੇ ਤਾਂ ਤਕਰੀਬਨ ਆਪਣਾ 1800 ਮਿਲੀ ਐਂਪੀਅਰ ਦਾ ਸੈੱਲ ਆ ਜੀ, ਅਤੇ ਇਹਨੂੰ ਵੱਧ ਤੋਂ ਵੱਧ ਤੁਸੀਂ ਅੱਧਾ ਘੰਟਾ ਲਗਾ ਸਕਦੇ ਹਾਂ, ਅੱਧਾ ਘੰਟਾ 2 ਅੰਪੇਅਰ ਦੇ ਚਾਰਜ 'ਤੇ ਲਗਾ ਸਕਦੇ ਹਾਂ। ਜੇ ਤੁਹਾਡੇ ਕੋਲ ਇਹ ਜੋ ਚਾਰਜਰ ਆ 1 ਅੰਪੇਅਰ ਦਾ ਵਾ, ਫਿਰ ਤੁਸੀਂ ਇਹਨੂੰ 1 ਘੰਟਾ ਲਗਾ ਦਿਓ। ਜੇ ਤੁਹਾਡੇ ਕੋਲ ਕੋਈ ਪੁਰਾਣੇ ਨੋਕੀਆ ਦੇ ਪਏ ਆ, ਉਹ 500 ਮਿਲੀ ਐਂਪੀਅਰ ਦੇ ਹੁੰਦੇ ਸੀ, ਉਸ ਦੇ ਨਾਲ ਤੁਸੀਂ ਇਸ ਨੂੰ 2 ਘੰਟੇ ਚਾਰਜ ਲਗਾ ਸਕਦੇ ਹਾਂ ਇੱਕ ਸੈੱਲ ਨੂੰ। ਬਾਕੀ ਜੇ ਤੁਸੀਂ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹਾਂ, ਮੈਂ ਇਸ ਦੇ ਉੱਪਰ ਇੱਕ ਤੁਹਾਨੂੰ ਵੀਡੀਓ ਬਣਾ ਦੇਵਾਂਗਾ। ਉਸ ਵਿੱਚ ਕੀ ਹੋਵੇਗਾ ਕਿ ਛੋਟੇ ਸੈੱਲ ਤੋਂ ਲੈ ਕੇ ਵੱਡੀ ਇਨਵਰਟਰ ਵਾਲੀ ਬੈਟਰੀ, ਉੱਥੋਂ ਤੱਕ ਮੈਂ ਤੁਹਾਨੂੰ ਸਾਰਾ ਉਸ ਵੀਡੀਓ ਵਿੱਚ ਡਿਟੇਲ ਦੇ ਦੂੰਗਾ, ਆਪਾਂ ਸਪੈਸ਼ਲ ਵੀਡੀਓ ਬਣਾ ਲਵਾਂਗੇ ਉਸ 'ਤੇ। ਆਹ ਦੇਖੋ ਜੀ 2.20 ਅੰਪੇਅਰ ਦੇ ਨਾਲ ਇਹ ਚਾਰਜ ਹੋ ਰਿਹਾ। ਇੱਥੇ ਮੈਂ ਤੁਹਾਨੂੰ ਇੱਕ ਹੋਰ ਮਲਟੀਮੀਟਰ ਦੀ ਦੱਸ ਦੇਵਾਂ ਕਿ ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਮਿਲੀ ਐਂਪੀਅਰ, ਲੇਕਿਨ ਜੇ ਆਪਾਂ ਇਸ ਨੂੰ ਮਿਲੀ ਐਂਪੀਅਰ ਕਹਾਂਗੇ ਤਾਂ ਇਹ 2200 ਮਿਲੀ ਐਂਪੀਅਰ ਬਣ ਗਿਆ ਜੀ। ਪਹਿਲਾਂ 300 ਮਿਲੀ ਐਂਪੀਅਰ ਦੇਖਿਆ ਤੁਸੀਂ, 30 ਮਿਲੀ ਐਂਪੀਅਰ ਦੇਖਿਆ, ਇਹ ਹੁਣ 2200 ਮਿਲੀ ਐਂਪੀਅਰ ਆ। ਤਾਂ ਕਰਕੇ ਇਸ ਨੂੰ ਆਪਾਂ ਜ਼ਿਆਦਾ ਤੋਂ ਜ਼ਿਆਦਾ ਅੱਧਾ ਪੌਣਾ ਘੰਟਾ ਚਾਰਜ ਲਾਓ 2 ਅੰਪੇਅਰ ਦੇ ਚਾਰਜ ਦੇ ਨਾਲ। ਅਤੇ ਜੇ ਤੁਹਾਡੇ ਕੋਲ 1 ਅੰਪੇਅਰ ਦਾ ਚਾਰਜ ਆ ਤਾਂ ਉਹ ਦੇਵੇਗਾ 1 ਅੰਪੇਅਰ, ਅਤੇ ਆਪਣਾ ਜੋ ਸੈੱਲ ਆ ਇਹ ਹੈ 1.8 ਮਿਲੀ ਐਂਪੀਅਰ, 1.8 ਅੰਪੇਅਰ ਦਾ, ਅਤੇ ਆਪਾਂ ਇਸ ਨੂੰ ਤਕਰੀਬਨ 1.25 ਘੰਟਾ ਚਾਰਜ ਲਾਵਾਂਗੇ, ਕਿਉਂਕਿ ਹਰ ਵਾਰ ਇਹ ਪੂਰਾ ਡਿਸਚਾਰਜ ਨਹੀਂ ਹੁੰਦਾ, ਥੋੜ੍ਹਾ ਕਰੰਟ ਤਾਂ ਇਸ ਵਿੱਚ ਪਹਿਲਾਂ ਵੀ ਅਕਸਰ ਹੁੰਦਾ ਹੀ ਹੈ ਕਿਸੇ ਵੀ ਸੈੱਲ ਦੇ ਵਿੱਚ। ਹਾਂ, ਜੇਕਰ ਤੁਹਾਡਾ ਸੈੱਲ ਬਿਲਕੁਲ ਡੈੱਡ ਆ, ਇਹ ਮੈਂ ਜੋ ਗਿਣਤੀ ਦੱਸ ਰਿਹਾ ਇਹ ਉਸ ਹਿਸਾਬ ਦੇ ਨਾਲ ਆ ਬਿਲਕੁਲ ਡੈੱਡ ਸੈੱਲ ਦੀ, ਕਿ ਬੈਟਰੀ ਬਿਲਕੁਲ ਖਤਮ ਹੋ ਗਈ ਆ, ਉਸ ਤੋਂ ਬਾਅਦ ਆਪਾਂ ਇਹ ਚਾਰਜ ਲਗਾਉਣਾ। ਜੇ ਤੁਹਾਡਾ ਮਤਲਬ ਕਿ ਆਪਾਂ ਨੂੰ ਪਤਾ ਵੀ ਅੱਧੀ ਕੁ ਬੈਟਰੀ ਖਤਮ ਹੋਈ ਆ, ਅੰਦਾਜ਼ਾ ਜਿਹਾ ਹੁੰਦਾ ਆਪਾਂ ਨੂੰ, ਤਾਂ ਫਿਰ ਤੁਸੀਂ ਉਸ ਤੋਂ ਅੱਧਾ ਟਾਈਮ ਲਗਾ ਦਿਓ ਜਿੰਨਾ ਮੈਂ ਇਹ ਦੱਸ ਰਿਹਾ। ਇਹ ਜੋ ਮੈਂ ਫਾਰਮੂਲਾ ਦੱਸਿਆ ਇਹ ਸਾਰਾ ਹੈਗਾ ਬਿਲਕੁਲ ਡੈੱਡ ਬੈਟਰੀ ਨੂੰ ਦੁਬਾਰਾ ਚਾਰਜ ਕਰਨ ਤੱਕ ਦਾ। ਅਤੇ ਉਸ ਤੋਂ ਬਾਅਦ ਹੈ ਜੀ ਇਹ ਟਰਾਂਸਫਾਰਮਰ ਆਪਣੇ ਕੋਲ। ਪਹਿਲਾਂ ਸਾਰੀਆਂ ਬੈਟਰੀਆਂ ਦੇ ਵਿੱਚ ਟਰਾਂਸਫਾਰਮਰ ਹੀ ਆਉਂਦੇ ਹੁੰਦੇ ਸੀਗੇ, ਪਰ ਹੁਣ SMPS ਸਪਲਾਈ ਆਉਣ ਲੱਗ ਗਈ ਜਾਂ ਛੋਟੇ ਕੰਪੈਕਟਰ ਲਗਾਉਣ ਲੱਗ ਗਏ ਚਾਈਨਾ ਵਾਲੇ। ਅਤੇ ਇਹ ਦੇਖੋ ਜੀ 0.35 ਮਤਲਬ ਕਿ 350 ਮਿਲੀ ਅੰਪੇਅਰ
ਦੇ ਨਾਲ ਬੈਟਰੀ ਜੋ ਹੈ ਚਾਰਜ ਹੋ ਰਹੀ ਆ। ਅਤੇ ਇਹ ਫਿਰ ਉਹੀ ਆ ਗਿਆ 1800 ਮਿਲੀ ਐਂਪੀਅਰ ਦਾ ਆਪਣਾ ਸੈੱਲ, ਅਤੇ 350 ਆਪਾਂ ਇਸ ਨੂੰ ਮਿਲੀ ਐਂਪੀਅਰ ਦੇ ਰਹੇ ਹਾਂ। ਤਕਰੀਬਨ 6 ਘੰਟੇ ਫੁੱਲ ਟਾਈਮ ਬਣਦਾ, ਪਰ ਆਪਾਂ ਇਸ ਨੂੰ ਤਕਰੀਬਨ ਉਸ ਤੋਂ ਅੱਧਾ ਦੇਵਾਂਗੇ, 4 ਘੰਟੇ ਦੇਵਾਂਗੇ। ਗੱਲ ਥੋੜ੍ਹੀ ਜਿਹੀ ਸਮਝਣ ਵਾਲੀ ਸੀ ਜੀ, ਜੇ ਤੁਹਾਨੂੰ ਵੀਡੀਓ ਸਮਝ ਨਹੀਂ ਲੱਗੀ ਫਿਰ ਇਸ ਨੂੰ ਇੱਕ ਵਾਰੀ ਦੇਖ ਲਓ, ਤੁਹਾਨੂੰ ਇਸ ਦੇ ਵਿੱਚੋਂ ਕਾਫੀ ਯਾਨੀ ਕਿ ਨੌਲੇਜ ਮਿਲ ਜਾਵੇਗੀ, ਜਾਣਕਾਰੀ ਮਿਲੇਗੀ ਜੋ ਕਿ ਅੱਗੇ ਤੁਹਾਡੇ ਹਰ ਜਗ੍ਹਾ 'ਤੇ ਕੰਮ ਆਉਣ ਵਾਲੀ ਹੈ। ਬਾਕੀ ਮੈਂ ਇਸ ਦੇ ਉੱਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇੱਕ ਵੀਡੀਓ ਆਪਾਂ ਬਣਾ ਦਿਆਂਗੇ ਸਪੈਸ਼ਲ, ਜੇ ਤੁਸੀਂ ਕਮੈਂਟ ਕੀਤੇ ਮੈਨੂੰ ਪਤਾ ਲੱਗਾ ਵੀ ਹਾਂ ਚਾਹੁੰਦੇ ਆ ਇਹ ਲੋਕ, ਤਾਂ ਮੈਂ ਜ਼ਰੂਰ ਬਣਾਊਂਗਾ। ਉਸ ਵਿੱਚ ਇੱਕ ਛੋਟੇ ਸੈੱਲ ਤੋਂ ਲੈ ਕੇ ਜੋ ਵੱਡੀ ਆਪਣੀ ਬੈਟਰੀ ਆ, ਚਾਹੇ ਉਹ ਕਾਰ ਦੀ ਹੋਵੇ, ਟਰੈਕਟਰ ਦੀ ਹੋਵੇ ਜਾਂ ਇਨਵਰਟਰ ਦੀ ਹੋਵੇ, ਆਪਾਂ ਸਾਰੀ ਡਿਟੇਲ ਉਸ ਵੀਡੀਓ ਵਿੱਚ ਲੈ ਲਵਾਂਗੇ। ਅੱਜ ਦੀ ਵੀਡੀਓ ਆਪਣੀ ਇੰਨੀ ਕੀ ਸੀ ਜੀ, ਚੰਗੀ ਲੱਗੇ ਲਾਈਕ ਕਰ ਸਕਦੇ ਹਾਂ, ਨਾ ਚੰਗੀ ਲੱਗੇ ਡਿਸਲਾਈਕ ਕਰ ਸਕਦੇ ਹੋ। ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹਾਂ ਤਾਂ ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ।